ਦੇਖੋ ਸਰ ਜਿਹੜਾ ਬਜਟ ਆ ਰਿਹਾ ਸੀ ਤਾਂ ਆਈ ਚਾਹੁੰਨੇ ਆ ਕਿ ਜਿਹੜੀ ਸਰਕਾਰ ਬਜਟ ਲੈ ਕੇ ਆ ਰਹੀ ਹੈ ਉਹ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖ ਕੇ ਲੈ ਕੇ ਆਵੇ ਕਿਉਂਕਿ ਜਿੱਥੇ ਵੱਡੀਆਂ ਵੱਡੀਆਂ ਇਮਾਰਤਾਂ ਦੀ ਲੋੜ ਜ਼ਰੂਰਤ ਪੈ ਰਹੀ ਹੈ ਉੱਥੇ ਅਧਿਆਪਕਾਂ ਦੀ ਵੀ ਜ਼ਰੂਰਤ ਪੈ ਰਹੀ ਹੈ ਔਰ ਜਦੋਂ ਅਸੀਂ ਦੇਖਦੇ ਆ ਕਿ ਪੰਜਾਬ ਸਰਕਾਰ ਬਜਟ ਪਾਸ ਕਰ ਰਹੀ ਹੈ ਔਰ ਖੇਡਾਂ ਦੇ ਖੇਤਰ ਵਿੱਚ ਵੀ ਵਿਦਿਆਰਥੀ ਨੂੰ ਅੱਗੇ ਲੈ ਕੇ ਆਵੇ ਜਦੋਂ ਕਿ ਪੰਜਾਬ ਦੇ ਬੱਚੇ ਅੱਗੇ ਜਾਣ 올림픽 ਖੇਡਣ ਔਰ ਦੇਸ਼ ਦਾ ਨਾਮ ਰੋਸ਼ਨ ਕਰਨ ਕੋਕੜਾ ਤਾਂ ਆਂਦੀਆਂ ਨੇ ਜਿਵੇਂ ਸਰਹਦੀ ਖੇਤਰ ਹੈ ਵਾਲਾ ਔਰ ਗੇਮਸ ਵਿੱਚ ਵੀ ਆਂਦੀਆਂ ਪਿਆ ਨੇ ਜਿਵੇਂ ਕਿ ਇੱਥੇ ਸਿੱਖਿਆ ਦਾ ਵੀ ਸਿੱਖਿਆ ਨੂੰ ਥੋੜਾ ਹੋਰ ਉੱਪਰ ਲੈ ਕੇ ਜਾਣਾ ਚਾਹੀਦਾ ਇਹਨਾਂ ਨੂੰ ਔਰ ਸਰਹਦੀ ਖੇਤਰ ਵਿੱਚ ਇਹਨਾਂ ਨੂੰ ਗੇਮਸ ਦਾ ਵੀ ਕਰਨਾ ਚਾਹੀਦਾ ਕਿਉਂਕਿ ਇੱਥੇ ਕੋਚ ਹੈਗੇ ਆ ਬਟ ਇੱਥੇ ਗਰਾਊਂਡ ਸਹੀ ਨਹੀਂ ਹੈਗਾ ਔਰ ਗਰਾਊਂਡ ਸਹੀ ਨਹੀਂ ਹੈਗਾ ਬੱਚਾ ਨੂੰ ਇੰਜਰੀ ਹੁੰਦੀ ਆ ਔਰ ਇੰਜਰੀ ਹੁੰਦੀ ਆ ਔਰ ਫਿਰ ਅੱਗੇ ਖੇਡ ਨਹੀਂ ਸਕਦੇ ਬਜਟ ਬਜਟ ਨੂੰ ਇਸ ਤਰ੍ਹਾਂ ਪੇਸ਼ ਕਰਨਾ ਚਾਹੀਦਾ ਕਿ ਵਿਦਿਆਰਥੀਆਂ ਤੇ ਪਵਿੱਖਤ ਅਸਰ ਪਵੇ ਵਿਦਿਆਰਥੀਆਂ ਨੂੰ ਚੰਗਾ ਲੱਗੇ ਅੱਗੇ ਅਵੇਂ ਹੋ ਰਿਹਾ ਕਿ ਸਿੱਖਿਆ ਨੂੰ ਥੋੜਾ ਜਿਹਾ ਪਿੱਛੇ ਰੱਖਿਆ ਜਾ ਰਿਹਾ ਔਰ ਅਸੀਂ ਆ ਚਾਹੁੰਦੇ ਆ ਕਿ ਸਿੱਖਿਆ ਨੂੰ ਅੱਗੇ ਤੋਂ ਵੱਧ ਤੋਂ ਵੱਧ ਅੱਗੇ ਲੈ ਕੇ ਆਇਆ ਜਾਵੇ। ਜਿਆ ਸਰਕਾਰ ਤੋਂ ਅਮਿੰਦਾ ਤਾਂ ਬਹੁਤ ਨੇ ਸਾਨੂੰ ਜੀ। ਛੋਟੇ ਦੁਕਾਨਦਾਰ ਨੂੰ ਕੋ ਟੈਕਸ ਵਿੱਚ ਛੂਟ ਹੋਏਗੀ। ਕਿ ਪਹਿਲਾਂ ਹੀ ਬਹੁਤ ਮੰਦੀ ਦੇ ਦੌਰ ਚੋਂ ਅਸੀਂ ਗੁਜ਼ਰ ਰਹੇ ਆਂ ਤੇ ਸਾਡੇ ਕੋਲ ਤਾਂ ਹੋਰ ਕੋਈ ਕਾਰੋਬਾਰ ਵੀ ਹੈ ਨਹੀਂਗਾ ਇਹਦੇ ਤੇ ਸਾਰਾ ਦਰਦ ਹੰਦਾ ਰਹੇ ਸਾਡਾ ਜੀ। ਤੇ ਬਾਕੀ ਮੰਗਾਈ ਤਾਂ ਉਧਰ ਚੱਲ ਰਹੀ ਏ ਅਸੀਂ ਕਿੰਨੇ ਟੈਕਸ ਵਿੱਚ ਕੁਝ ਸਾਨੂੰ ਵੀ ਛੂਟ ਮਿਲੇ ਤਾਂ ਸਾਡਾ ਵੀ ਕੰਮ ਠੀਕ ਹੋ ਜਾਈਗਾ ਜੀ ਕਿਉਂਕਿ ਪਹਿਲਾਂ ਹੀ ਸੈਂਟਰਸਿਕਾ ਜਦੋਂ ਨੋਟਬੰਦੀ ਹੋਈ ਹੈ ਅਸੀਂ ਤਾਂ ਉਦੋਂ ਹੀ ਯਾਨੀ ਕਿ ਬਹੁ ਮਾੜੇ ਹਾਲਾਤਾਂ ਚ ਉਸ ਤੋਂ ਬਾਅਦ ਮੁੜ ਕੇ ਕਰੋਨਾ ਕਾਲ ਆ ਗਿਆ ਜੀ ਉਸ ਤੋਂ ਬਾਅਦ ਉੱਭਰੀ ਨਹੀਂ ਉੱਪਰ ਤੇ ਇਸ ਕਰਕੇ ਅਸੀਂ ਕੰਨੇ ਵੀ ਸੂਬਾ ਸਰਕਾਰ ਵੀ ਮਦਦ ਕਰੇ ਟੈਕਸੇ ਛੂਟ ਦੇਵੇ ਸਾਨੂੰ ਤੇ ਕੁਛ ਨਾ ਕੁਛ ਸਾਨੂੰ ਵੀ ਰਾਹਤ ਮਿਲਣੀ ਚਾਹੀਦੀ ਹੈ ਬਹੁਤ ਔਖੇ ਕੰਮ ਧੰਦੇ ਹੈ ਨਹੀਂ ਗਏ ਜੀ ਖਤਮ ਹੋ ਗਏ ਬਿਲਕੁਲ ਤੇ ਇਸ ਟਾਈਮ ਤਾਂ ਯਾਨੀ ਕਿ ਛੋਟੇ ਦੁਕਾਨ ਨੂੰ ਬਹੁਤ ਛੋਟੇ ਦੁਕਾਨਦਾਰ ਨੂੰ ਬੜਾ ਔਖਾ ਹੈ ਜੀ ਘਰ ਚ ਲਾਣਾ ਜਿਆਦਾ ਬਹੁਤ ਮੁਸ਼ਕਲ ਹੋਇਆ ਪਿਆ ਕੀ ਕਰਨਾ ਚਾਹੀਦਾ ਸਰਕਾਰ ਨੂੰ ਹੁਣ ਇਹ ਵਿੱਚ ਬਜਟ ਵਿੱਚ ਟੈਕਸ ਦੀ ਛੂਟ ਕੋਈ ਨਾ ਕੋਈ ਹੋਣੀ ਚਾਹੀਦੀ ਹੈ ਸਾਡੇ ਵਾਸਤੇ ਵੀ ਦੁਕਾਨਦਾਰਾਂ ਵਾਸਤੇ ਕੁਝ ਇਸ ਤਰ੍ਹਾਂ ਦਾ ਟੈਕਸ ਦੀ ਛੂਟ ਦੇਵੇ ਤੇ ਸਨੋਂ ਵੀ ਸਿੱਖੋ ਜੇਗਾ ਜੀ ਸਾਨੂੰ ਪਤਾ ਹੈ ਕਿ ਮੈਂ ਮਹਿਲਾਵਾਂ ਦਾ ਐਮ ਰੋਲ ਰਸੋਈ ਦਾ ਜਿਵੇਂ ਸਿੱਖਿਆ ਦਾ ਪੜਾਈ ਦਾ ਖਾਣੇ ਦਾ ਸਬਜ਼ੀਆਂ ਦਾ ਧਾਰਾਂ ਦਾ ਇਸੇ ਚਾਹੀਦਾ ਸਰਕਾਰ ਜਿਹੜੀ ਬਜਟ ਪੇਸ਼ ਕਰਨ ਜਾ ਰਹੀ ਹੈ ਉਹਨ ਮਹਿਲਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਜੋ ਵੀ ਕਦਮ ਉਠਾ ਰਹੀ ਉਹਨ ਨੂੰ ਸੋਚ ਸਮਝ ਕੇ ਉਠਾਈ ਜਾਵੇ ਕਿਉਂਕਿ ਅੱਜ ਕੱਲ ਬਹੁਤ ਖਰਚਾ ਮਹਿੰਗਾਈ ਬਹੁਤ ਵਧ ਰਹੀ ਹੈ ਕਿਉਂਕਿ ਮੈਂ ਮਹਿੰਗਾਈ ਬਹੁਤ ਜ਼ਿਆਦਾ ਵਧ ਰਹੀ ਹੈ ਇਸ ਕਰਕੇ ਵੀ ਬਹੁਤ ਦਿੱਕਤ ਆ ਰਹੀ ਹੈ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਕਿ ਸਰਕਾਰ ਸਾਡੇ ਵਾਸਤੇ ਦੇਖ ਕੇ ਰਸੋਈ ਦੀ ਗੈਂਸ ਰਸੋਈ ਦਾ ਬਹੁਤ ਮੇਨ ਰੋਲ ਹੈ ਜਿਵੇਂ ਵਧ ਰਹੀ ਮਹਿੰਗਾਈ ਸਿਲੰਡਰ ਮਹਿੰਗੇ ਹੋ ਗਏ ਨੇ ਦਾਲਾਂ ਸਬਜ਼ੀਆਂ ਬਹੁਤ ਮਹਿੰਗੀਆਂ ਹੋ ਗਈਆਂ ਨੇ ਇਸ ਕਰਕੇ ਘਰ ਚ ਚਲਾਉਣਾ ਬਜਟ ਦੇ ਅੰਦਰ ਨਹੀਂ ਆ ਸਕਦਾ ਅਸੀਂ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਬਜਟ ਵਿੱਚ ਸਾਰੇ ਸਾਡੀ ਰਸੋਈ ਦਾ ਧਿਆਨ ਕੀਤਾ ਜਾਏਗਾ ਤੇ ਵੀ ਸਾਡੇ ਰਸੋਈ ਦਾ ਬਜਟ ਸਾਨੂੰ ਦੇਖ ਕੇ ਹੀ ਬਰਾਬਰ ਬੈਲੈਂਸ ਬਣਾ ਕੇ ਰੱਖਿਆ ਜਾਵੇ ਬਜਟ ਦੀ ਆਸ ਇਹ ਹੈ ਕਿ ਇਹ ਮਹਿੰਗਾਈ ਪਹਿਲਾਂ ਬਹੁਤ ਜ਼ਿਆਦਾ ਹੈ ਜੇ ਬਜਟ ਵਿੱਚ ਸੈੱਟ ਕੀਤਾ ਜਾਵੇ ਮਹਿੰਗਾਈ ਨੂੰ ਥੱਲੇ ਲਿਆਂਦਾ ਜਾਵੇ ਗਰੀਬ ਜਨਤਾ ਦਾ ਫਾਇਦਾ ਹੋ ਸਕਦਾ ਹੈ ਪਹਿਲਾਂ ਹੀ ਆਟਾ ਦਾਲ ਜੋ ਤੇਲ ਚਾਵਲ ਖੰਡ ਜੋ ਵੀ ਹੈ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਨੇ ਪਹਿਲਾਂ ਹੀ ਜੇ ਸਰਕਾਰ ਬਜਟ ਸਹੀ ਲਿਆਏਗੀ ਤੇ ਸਰਕਾਰ ਸਹੀ ਰਹੇਗੀ ਸਹੀ ਚੱਲੇਗੀ ਪੰਜ ਪੰਜ 4 4 ਰੁਪਏ ਕਿਲੋ ਦਾਲਾਂ ਤੇਲ ਸਰੋਂ ਤੇਜ ਨੇ ਕੌਰ ਫੈਡ ਤੇਜ ਨੇ ਆਮ ਘਰਾਂ ਤੇ ਬਹੁਤ ਬੋਝ ਪੈ ਰਿਹਾ ਹੈ ਪਹਿਲੇ ਨਾਲ 10 15% 20% ਦਾ ਬੋਝ ਵੱਧਾ ਜਾਂਦਾ ਹੈ ਕਿਸ ਤਰ੍ਹਾਂ ਦੀ ਆਸਾਂ ਨੇ ਕਿ ਆਸਾ ਰਹੀ ਹੈ ਕਿ ਬਜਟ ਸਹੀ ਅਨੁਕੂਲ ਹੋਣਾ ਚਾਹੀਦਾ ਹੈ ਜਨਤਾ ਦਾ ਫਾਇਦਾ ਹੋਣਾ ਚਾਹੀਦਾ ਹੈ ਜਨਤਾ ਗਰੀਬ ਜਨਤਾ ਦਾ ਖਾਸ ਤੌਰ ਤੇ ਗਰੀਬ ਜਨਤਾ ਨੂੰ ਕੋਈ ਲਾਭ ਮਿਲੇ ਉਮੀਦ ਹੈ ਕਿ ਇਸ ਵਾਰ ਉਮੀਦ ਤਾਂ ਪੂਰੀ ਹੈ ਬਾਕੀ ਸਰਕਾਰ ਦੇ ਹੱਥੇ ਰੇਟ ਇਸ ਵਾਰ 2 2 3 3 ਰੁਪਏ ਕਿਲੋ 4 4 ਰੁਪਏ ਕਿਲੋ ਸਭ ਚੀਜ਼ਾਂ ਦੇ ਰੇਟ ਵਧ ਗਏ ਨੇ ਦੁਕਾਨਦਾਰਾਂ ਨੂੰ ਕਿੰਨਾ ਦੁਕਾਨਦਾਰਾਂ ਨੂੰ ਬਹੁਤ ਲਾਸ ਹੋ ਰਿਹਾ ਹੈ ਹਲਦੀ ਮਿਰਚ ਇਹਦਾ 20 20 ਰੁਪਏ ਕਿਲੋ ਤੇਜ਼ ਹੋ ਗਈ ਹੈ ਮੁਨਾਫਾ ਘਟ ਗਿਆ ਰੇਟ ਤੇਜ਼ ਹੋ ਗਿਆ ਰਫੈਲ ਰਫੈਲ ਹੋ ਗਿਆ ਸਰੋ ਤੇਲ ਹੋ ਗਿਆ ਕਿਉ ਹੋ ਗਿਆ ਇਹਨਾਂ ਸਾਰਿਆਂ ਦੇ ਰੇਟ ਤੇਜ਼ ਹੋ ਗਏ ਮੁਨਾਫਾ ਘਟਦਾ ਜਾਂਦਾ ਹੈ ਤੇ ਜਨਤਾ ਦੁਖੀ ਹੋ ਰਹੀ ਹੈ ਸਾਨੂੰ ਵੀ ਇਦਾਂ ਨੇ ਕਿ ਬਈ ਜਿਹੜੀ ਰਸੋਈ ਦਾ ਹੈਗਾ ਸਮਾਨ ਤੇਲ ਕਿਉ ਖੰਡ ਦਾਲਾਂ ਤੇ ਸਭ ਕੁਝ ਬਹੁਤ ਮਹਿੰਗਾ ਹੋ ਰਿਹਾ ਸਿਲੰਡਰ ਵੀ ਮੈਂ ਕਿ ਇੰਨੀ ਦੇ ਮਹਿੰਗਾਈ ਵਧੀ ਜਾ ਰਹੀ ਹੈ ਵਧੀ ਜਾ ਰਹੀ ਹੈ ਬਈ ਮਹਿਲਾਵਾਂ ਦੇ ਹੱਕ ਵਿੱਚ ਸਭ ਕੁਝ ਕੀਤਾ ਜਾਵੇ ਅਸੀਂ ਇਹ ਉਮੀਦ ਕਰਦੇ ਹਾਂ ਸਰਕਾਰ ਤੋਂ ਹਾਂਜੀ ਬਹੁਤ ਔਖਾ ਹੋ ਜਾਂਦਾ ਹੈ ਕਿ ਬਈ ਕੀ ਦੱਸਿਓ ਬਸ ਬਹੁਤ ਮਨਨ ਕਿ ਸਾਢੇ ਵਸ ਤੋਂ ਬਹੁਤ ਔਖਾ ਹੈ ਮਨਨ ਕਿ ਇਹ ਸਭ ਕੁਝ ਕਰਨਾ ਮੀ ਦਾਲਾ ਦੁਲਾ ਜਿੰਵੇ ਬਹੁਤ ਮਹਿੰਗੀਆਂ ਹੋ ਰਹੀਆਂ ਨੇ ਬਸ ਸਾਨੂੰ ਤਾਂ ਇਹ ਗਿਆ ਕਿ ਭਈ ਸਾਡੇ ਹੱਕ ਚ ਸਭ ਕੁਝ ਕੀਤਾ ਜਾਵੇ ਸਭ ਕੁਝ ਵਿਗੜ ਜਾਂਦਾ ਹੈਗਾ ਕਿ ਭਈ ਬੰਨ ਬੱਚੇ ਦੀ ਫੀਸਾਂ ਵੀ ਦੇਣੀਆਂ ਨੇ ਸਭ ਕੁਝ ਕਰਨਾ ਹੈ ਘਰ ਚ ਦਵਾ ਦਵਾਦਾਰੂ ਸਭ ਕੁਝ ਆਣਾ ਚਾਹੀਦਾ ਹੈਗਾ ਕਿ ਭਈ ਹੁਣ ਮਨਨ ਕਿ ਸਾਡੇ ਹੱਕ ਚ ਸਭ ਕੁਝ ਹੋਏ ਬਸਤਾ ਹੈ ਇਹ ਹੀ ਉਮੀਦ ਕਰਦੇ ਆ ਸਰਕਾਰ ਤੋਂ